ਔਰ ਜੀ ਬਾਈ ਜਹਾਜ਼ ਵੀ ਪਹਿਲੇ ਸੁਬਹ ਸੁਬਹ ਆਏ ਹਨ, ਉਦੋਂ ਮੈਂ ਬੇਗਮ ਲੈ ਗਿਆ ਹੋਇਆ ਸੀ ਡਾਕਟਰ ਤੇ ਹੁਣ ਫਿਰ ਦੁਬਾਰੇ ਆਏ ਨੇ ਅੰਮੀ ਦੀ ਤਬੀਅਤ ਦਾ ਪੁੱਛਣ। ਚਲੋ ਚੰਗਾ ਕੀਤਾ, ਅੱਲਾ ਮਾਫੀ ਦੇਵੇ। ਤੇਰੀ ਨੂੰਹ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ, ਗੜ ਲੈ ਕੇ ਗਏ ਉਹਨੂੰ ਵੀ ਹੈ। ਬਿਸਮਿਲ੍ਲਾਹ ਰਹਿਮਾਨ ਰਹੀਮ, ਅਸਲਾਮ ਅਲੈਕੁਮ, ਕੀ ਹਾਲ ਹੈ? ਮੈਂ ਤਮਾਮ ਭੈਣ ਭਈਆਂ ਠੀਕ ਠਾਕ ਹੋ? ਅਲਹਮਦੁਲਿਲਾ ਮੈਂ ਬਿਲਕੁਲ ਠੀਕ ਠਾਕ ਹਾਂ। ਔਰ ਜੀ ਅੰਮੀ ਜੀ ਦੀ ਤਬੀਅਤ ਸੁਬਹ ਸੁਬਹ ਫਿਰ ਖਰਾਬ ਹੋ ਗਈ ਸੀ, ਬੁਖਾਰ ਹੈਗਾ ਸੀ। ਬਾਕੀ ਤਾਂ ਅੰਮੀ ਗਾਬਰ ਤਾਂ ਕੋਈ ਨਾ, ਬੁਖਾਰ ਹੀ ਨਾ ਬਸ, ਸਿਰੇ ਬੁਖਾਰ ਹੈਗਾ ਸੀ, ਉਹ ਵੀ ਨਾਰਮਲ ਹੋ ਗਿਆ। ਮਤਲਬ ਦਵਾਈ ਦੀ ਮੈਡੀਸਨ ਪਈਆਂ ਸੀ ਜੀ, ਡਾਕਟਰ ਦਿੱਤੀਆਂ ਸੀ, ਬਾਕੀ ਅੱਲਾ ਪਾਕ ਕਰਮ ਕਰੇਗਾ। ਸੁਬਹ ਆਵੇਗਾ ਡਾਕਟਰ ਅੰਮਾ, ਉਹ ਕਹਿੰਦਾ ਬਿਜ਼ੀ ਹੈਗਾ ਸੀ ਤਾਂ ਕਰਕੇ ਫੋਨ ਨਹੀਂ ਚਾਇਆ, ਅਤੇ ਸੁਬਹ ਆਵੇਗਾ ਕਹਿੰਦਾ। ਇਤਨਾ ਮਸਲਾ ਬੁਖਾਰ ਦਾ ਕੋਈ ਨਹੀਂ ਹੈਗਾ, ਸੁਬਹ ਡ੍ਰਿਪਾਂ ਲਾਣੀਆਂ ਨੇ ਇੱਕ ਦਿਨ ਛੱਡ ਕੇ, ਸੁਬਹ ਲਾਵੇਗਾ ਫਿਰ ਇੱਕ ਦਿਨ ਛੱਡ ਕੇ ਫਿਰ ਪਰਸੋਂ ਲਾਵੇਗਾ, ਯਾਨੀ ਕਿ ਅੱਲਾ ਪਾਕ ਕਰਮ ਕਰੇਗਾ ਇਨਸ਼ਾਅੱਲਾ। ਪਹਿਲਾਂ ਪਰੇਸ਼ਾਨੀ ਦੀ ਗੱਲ ਕੋਈ ਨਹੀਂ ਹੈਗੀ, ਅਤੇ ਥੋੜ੍ਹਾ ਜਿਹਾ ਮਜ਼ਦੂਰ ਆ ਨਹੀਂ ਤਾਂ ਮੈਂ ਆ ਜਾਵਾਂ। ਹਾਂ ਬਸ, ਅਤੇ ਸੁਬਹ ਸੁਬਹ ਬੇਗਮ ਦੀ ਤਬੀਅਤ ਖਰਾਬ ਹੋ ਗਈ ਸੀ, ਅਤੇ ਇਹਨੂੰ ਡ੍ਰਿਪਾਂ ਲਵਾ ਕੇ ਲੈ ਕੇ ਆ ਗਿਆ। ਮੈਂ ਕਿਹਾ ਚੰਗਾ ਹੋ ਗਿਆ, ਉਦੋਂ ਅੰਮੀ ਦੀ ਤਬੀਅਤ ਖਰਾਬ, ਉਦੋਂ ਮੈਂ ਕਹਿੰਦੀ ਹੁਣ ਖਰਾਬ ਹੋ ਗਈ, ਹੁਣ ਕੀ ਕਰੀਏ ਕੀ ਕਹਿ, ਅਤੇ ਅੱਲਾ ਪਾਕ ਕਰਮ ਕਰੇਗਾ। ਔਰ ਡਾਕਟਰ ਆਖਿਆ ਵੀ ਜਿਹੜਾ ਨਾ ਤੂੰ ਤੇਰਾ ਕਿਹਾ ਉਹਨੇ ਵੀ ਬਿਲਕੁਲ ਜਿਹੜਾ ਨਾ ਖਾਵੇ ਪੀਵੇ, ਤੂੰ ਹੀ ਜਿਹੜਾ ਨਾ ਮੈਦਾ ਖਾਲੀ ਰੱਖਿਆ ਹੈਗਾ, ਤਦੇ ਕਰਕੇ ਬੇਹੋਸ਼ ਹੋਈ। ਹਾਂ ਇਹ ਬੇਹੋਸ਼ ਹੋ ਗਈ ਹੈਗੀ ਸੀ, ਤਦੇ ਕਰਕੇ ਉਹਨੂੰ ਲੈ ਗਏ, ਤਾਂ ਉਹਨੇ ਡ੍ਰਿਪਾਂ ਡਰੁੱਪਾਂ ਲਾਈਆਂ, ਕੋਈ ਇੰਜੈਕਸ਼ਨ ਵਗੈਰਾ ਉਹਨੇ ਕਾਫੀ ਜਿਹੜੇ ਨਾ ਡ੍ਰਿਪ ਦੇ ਵਿੱਚ ਪਾਏ, ਅਤੇ ਤਦੇ ਕਰਕੇ ਇਹਨੂੰ ਜਾ ਕੇ ਹੋਸ਼ ਆਇਆ ਉੱਥੇ। ਹਾਂ ਘਬਰਾਹਟ ਹਾਲੇ ਵੀ ਆਈ, ਕਹਿੰਦੀ ਵੀ ਰੰਗ ਹੀ ਪੀਲਾ ਹੋ ਗਿਆ ਤੇਰਾ ਵੀ ਬਿਲਕੁਲ, ਅੱਲਾ ਪਾਕ ਕਰਮ ਕਰੇਗਾ। ਉਹੀ ਅੰਮੀ ਵਾਲੀ ਮਰਾਦ ਸੇਮ ਤੈਨੂੰ, ਅੱਲਾ ਕਰਮ ਕਰੇਗਾ ਕੋਈ ਨਹੀਂ, ਕਿਉਂਕਿ ਕਾਲਾ ਜਰਕਾਨ ਹੈਪੇਟਾਈਟਸ ਜਿਹੜਾ ਨਾ ਇਹਨੂੰ ਵੀ ਹੈਗਾ, ਅਤੇ ਅੰਮੀ ਨੂੰ ਹੈਗੀ ਥੋੜ੍ਹੀ ਥੋੜ੍ਹੀ ਸ਼ਿਕਾਇਤ ਹੈਗੀ। ਅੱਲਾ ਪਾਕ ਬਚਾਵੇ ਇਸ ਮਰਜ਼ ਤੋਂ, ਜ਼ਿਆਦਾ ਤਾਂ ਨਹੀਂ ਹੈਗੀ ਹੈ ਵੀ, ਅਤੇ ਲੇਕਿਨ ਬੁਰੀ ਹੁੰਦੀ ਮਰਜ਼ ਜਿਤਨੀ ਵੀ ਹੋਵੇ, ਅੱਲਾ ਪਾਕ ਕਰਮ ਕਰੇਗਾ। ਦਵਾਈਆਂ ਲੈ ਰਹੇ ਹਾਂ ਇਹਦੀ ਅੰਮੀ ਅਤੇ ਅੰਮੀ ਜੀ ਦੀ ਲੈ ਰਹੇ ਹਾਂ, ਦੁਆ ਕਰੋ ਕਿ ਠੀਕ ਹੋ ਜਾਣ ਦੋਨੋਂ। ਔਰ ਜੀ ਬੱਚਿਆਂ ਘਰ ਦੀ ਸਾਰੀ ਸਾਫ਼ ਸਫਾਈ ਕਰ ਦਿੱਤੀ ਹੈਗੀ, ਅਤੇ ਇੱਧਰੋਂ ਬੱਕਰੀਆਂ ਵੀ ਛੋੜ ਕੇ ਨਾ ਬਾਹਰ ਜਿਹੜੀਆਂ ਬੰਨ੍ਹ ਦਿੱਤੀਆਂ, ਇਹ ਵੀ ਸਾਫ਼ ਸਫਾਈ ਹੋ ਗਈ ਹੈਗੀ। ਬਾਕੀ ਜੀ ਅੱਜ ਦਾ ਖਾਣ ਪੀਣ ਦਾ ਮੈਨਿਊ ਇਹ ਹੈਗਾ, ਕਿਉਂਕਿ ਮਹਿਮਾਨ ਇੱਥੇ ਹੀ ਹੈਗੇ ਨੇ, ਸਿਸਟਰ ਨੈਦ ਵੀ, ਉਹਨਾਂ ਦੇ ਬੱਚੇ ਵੀ, ਅਤੇ ਵੈਸੇ ਮਹਿਮਾਨ ਆਉਂਦੇ ਪਏ ਹੈਗੇ ਨੇ। ਔਰ ਰੈਡੀਮੇਡ ਜਿਹੜੇ ਨੇ ਉੱਥੇ ਲੈ ਕੇ ਆਇਆ, ਦੂਸਰੇ ਆਪਣਾ ਨਾਨ ਅਤੇ ਸਾਲਨ ਜਿਹੜਾ ਘਰ ਪਕਾ ਰਹੇ ਹੈਗੇ ਆ, ਕਿਉਂਕਿ ਸਾਲਨ ਬਾਜ਼ਾਰ ਦਾ ਅੱਛਾ ਨਹੀਂ ਸਾਨੂੰ ਲੱਗਦਾ ਹੈਗਾ, ਉਹ ਇੱਥੇ ਪਕਾ ਰਹੇ ਆ, ਅਤੇ ਨਾਨ ਜਾ ਕੇ ਬਾਜ਼ਾਰੋਂ ਅਸਨ ਲੈ ਕੇ ਆਇਆ। ਬਾਕੀ ਸਿਸਟਰ ਨੈਦ ਅਤੇ ਅਸਨ ਬੇਟਾ ਅੰਦਰ, ਕਿਉਂਕਿ ਚੈਨਲ ਦਾ ਕੰਮ ਕਰ ਰਹੇ ਹੈਗੇ ਨੇ, ਅਤੇ ਅੱਬੂ ਜੀ ਬਾਹਰ ਆ ਗਏ ਹੈਗੇ ਨੇ। ਆ ਜਾ ਸਿਸਟਰ, ਅੱਬੂ ਜੀ ਆ ਗਿਆ, ਔਰ ਉੱਧਰ ਅੱਬੂ ਜੀ ਆ ਗਏ ਨੇ। ਅਸਲਾਮ ਅਲੈਕੁਮ, ਦੇਖ ਲਾ ਯਾਰ ਤੂੰ, ਪਤਾ ਹੀ ਨਹੀਂ ਕਰਿਆ, ਅੰਮੀ ਨੂੰ ਫਿਰ ਬੁਖਾਰ ਹੋ ਗਿਆ ਸੀ ਸੁਬਹ ਸੁਬਹ, ਬੁਖਾਰ ਹੋ ਗਿਆ ਸੀ ਅੰਮੀ ਨੂੰ ਫਿਰ ਸੁਬਹ ਸੁਬਹ, ਅਤੇ ਤੇਰੀ ਨੂੰਹ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ, ਗੜ ਲੈ ਕੇ ਗਏ ਉਹਨੂੰ ਵੀ ਹੈ। ਨਹੀਂ ਇੰਜੈਕਸ਼ਨ ਨਹੀਂ ਕਰਨਾ, ਇੰਜੈਕਸ਼ਨ ਨਹੀਂ ਕਰਨਾ, ਗੋਲੀਆਂ ਹੀ ਦੇਣੀਆਂ ਨੇ, ਅਤੇ ਸੁਬਹ ਜਿਹੜਾ ਨਾ ਆ ਕੇ, ਅਤੇ ਮਤਲਬ ਉਹ ਡ੍ਰਿਪ ਹੀ ਲਾਵੇਗਾ ਉਹਦੇ ਵਿੱਚ, ਇੰਜੈਕਸ਼ਨ ਡ੍ਰਿਪ ਦੇ ਵਿੱਚ ਹੀ। ਹਾਂ ਨਹੀਂ ਠੀਕ ਹੈ, ਸਿਹਤ ਉਹ ਪੈਂਦਾ, ਸਿਰਫ ਨਾ ਨਾ ਉਹਨੂੰ ਘਬਰਾਹਟ ਆ ਸਕਦੀ, ਕਿਉਂਕਿ ਸੋਜ ਰਹੇਗੀ, ਲੈ ਗਈ ਹੈਗੀ ਮਤਲਬ, ਅਤੇ ਜਿਹੜਾ ਨਾ ਉਹ ਸੀਰਪ 3 ਟਾਈਮ ਲਵੇ ਜ਼ਰੂਰ। ਹਾਂ ਅੱਲਾ ਪਾਕ ਕਰਮ ਕਰੇ। ਹਾਂ ਕਿਉਂ ਨਹੀਂ, ਮਨ ਤਾਂ ਸੁਬਹ ਅੰਮੀ ਜਿਹੜੀ ਹੈ ਚਲੇ ਤਾਂ ਠੀਕ ਹੋ ਗਈ ਥੋੜ੍ਹੀ ਬਹੁਤੀ, ਅਤੇ ਉਹ ਬੇਹੋਸ਼ ਹੋ ਗਈ, ਉਹਨੂੰ ਲੈ ਕੇ ਗਏ। ਹਾਂ ਉਹੀ ਹੋਈ ਨਾ, ਉੱਥੇ ਜਾ ਕੇ ਡ੍ਰਿਪ ਤਕਰੀਬਨ ਅੱਧੀ ਹੋਈ ਹੈ, ਅੱਧੀ ਡ੍ਰਿਪ ਹੋਈ ਹੈ, ਤਾਂ ਠੀਕ ਹੋਈ ਸੀ ਉੱਥੇ ਜਾ ਕੇ। ਹੁਣ ਤਬੀਅਤ ਕੈਸੀ, ਠੀਕ ਹੈ? ਨਾਲ ਉਹ ਠੀਕ ਹੋ ਜਾਏਗਾ, ਅੱਲਾ ਪਾਕ ਕਰਮ ਕਰੇਗਾ ਜੀ। ਦਵਾਈ ਲਈ ਹੈ ਤਾਂ ਹੁਣ ਉਹ ਘਬਰਾਹਟ ਥੋੜ੍ਹੀ ਬਹੁਤੀ ਹਟੀ ਹੈਗੀ। ਸਾਰੇ ਭੈਣਾਂ ਭਾਈ ਦੁਆ ਕਰਿਆ ਜੇ ਕਿ ਅੱਲਾ ਪਾਕ ਸਭ 'ਤੇ ਕਰਮ ਕਰੇ, ਬੇਗਮ ਵੀ ਠੀਕ ਹੋ ਜਾਵੇ, ਅਤੇ ਅੰਮੀ ਜੀ ਤਬੀਅਤ ਬਿਲਕੁਲ ਠੀਕ ਹੋ ਜਾਵੇ। ਅੰਮੀ ਜੀ ਤਬੀਅਤ ਤਾਂ ਕਾਫੀ ਠੀਕ ਹੈਗੀ, ਅਤੇ ਬੇਗਮ ਦੀ ਵਿਗੜੀ ਖੜੀ ਗਈ ਤਬੀਅਤ, ਦੁਬਾਰਾ ਜਾ ਕੇ ਫਿਰ ਚੈੱਕ ਕਰਵਾਉਂਦੇ ਹਾਂ, ਕਿਉਂਕਿ ਦੁਬਾਰਾ ਗਾਬਰ ਆ ਰਹੀ ਹੈਗੀ। ਬਾਕੀ ਅੱਲਾ ਪਾਕ ਕਰਮ ਕਰੇਗਾ, ਅਤੇ ਸਾਲਨ ਰੋਟੀ ਪਕਾ ਲੈਣਾ, ਮਹਿਮਾਨਾਂ ਨੂੰ ਦੇ ਲੈਣਾ, ਅਤੇ ਉਸ ਤੋਂ ਬਾਅਦ ਚੱਲਣੇ ਹਾਂ, ਅਤੇ ਚੱਲ ਕੇ ਫਿਰ ਤਬੀਅਤ ਚੈੱਕ ਕਰਵਾ ਲੈਣੇ। ਔਰ ਆਸ਼ਾ ਬੇਟੀ ਫਰਸ਼ ਵੀ ਧੋ ਦਿੱਤਾ ਹੈਗਾ, ਅਤੇ ਬੱਕਰੀਆਂ ਬਾਹਰ ਹੀ ਬੰਨੀਆਂ ਹੋਈਆਂ ਹੈਗੀਆਂ ਨੇ। ਅੱਬੇ ਅੱਬੇ ਅੱਬੇ, ਹੁਣ ਬਾਹਰ ਕੱਢਣੀ ਸ਼ੁਰੂ ਕਰਤੀ, ਚੱਲ ਲੈ ਜਾ ਅੰਦਰ। ਲਓ ਜੀ ਬੱਕਰੀਆਂ ਖਾ ਰਹੀਆਂ ਨੇ ਆਪਣਾ ਖਾਣਾ, ਠੀਕ ਹੈ। ਇਹ ਗੋਡੀਆਂ ਲਾ ਕੇ ਖਾਂਦੀ ਹੈਗੀ, ਤਾਂ ਕੱਦ ਵੱਡਾ ਨਾ, ਥੱਲੇ ਦੀ ਗਰਦਨ ਨਹੀਂ ਹੁੰਦੀ ਹੈਗੀ, ਤਦੇ ਕਰਕੇ ਉਹਦੇ ਅੱਗੇ ਮੇਰੇ ਖਿਆਲ ਹੁੰਦਾ ਮੂੰਹ ਨਹੀਂ ਉਪੜਦਾ ਹੈਗਾ, ਇੱਥੋਂ ਚੱਕ ਕੇ ਉੱਧਰ ਵੀ ਪਾਉਂਦੇ ਹਾਂ। ਐਸੇ ਖਾਓ 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 ਖਾਓ, ਸਮਝ ਹੀ ਨਹੀਂ ਆਇਆ ਯਾਰ ਉਹਨੂੰ। ਚੱਲ ਇਹ ਖਾ ਲਓ, ਅਬ ਇਹ ਵੀ ਪਸੰਦ ਨਹੀਂ ਇਸਕੋ। ਬਾਕੀ ਮਾਸ਼ਾਅੱਲਾ ਸੋਹਣੇ ਜਾਨਵਰ ਨੇ ਚਾਰੋ ਹੀ।
और बाकी अपना ओपन एरिया देखो, बड़ी धुप पैगी अज और फुल गर्मी अज, फुल बटा फुल। और सामने वाली जी ज्वार है इन्हें पानी लाण लगे है, वो नक्का कढ़ी जाता है तो पानी लावेगा। ये देखो पानी लगन लग गया, फिर फौरन ही वड्डी हो जाएगी इंशाल्लाह दो तीन दिनों के। और लो जी कपड़ा जड़ा ना उत्ते कर दिता है, अगर थले है देखो उपर पाता कपड़ा, क्योंकि इधरों खुली हवा लगेगी, क्योंकि सुबह सुबह इधरों सूरज होंदा है तो फिर ना गर्मी होंगी है, तदे करके ना थले कर देता, और जो मतलब है सूरज उत्ते आ जाए फिर इन कपड़े उपर कर देता ताकि इन्हों हवा खुली लगती रहे। वैसे ठंड हैगी बिल्कुल, कोई टेंशन नहीं हैगी, माशाल्लाह बैठ जाओ ऐसे। चलो अच्छा। और जी भाई जहाज भी पहले सुबह सुबह आए हैं, उदो मैं बेगम लग गया होया सी डॉक्टर ते, ते हुण फिर दोबारे आए ने अम्मी दी तबीयत दा पुछण। चलो चंगा कीता, अल्लाह माफी देवे, दुकान दे कर सारा दिन करनी है दुकान दे। हुण अम्मी जी बिल्कुल ठीक ने, सुबह बुखार होया यकदम बहुत ज्यादा, लेकिन अगली मेडिसिन चो ना एक खुराक दिती है, अल्लाह पाक करम करे, अल्लाह पाक करे बेहतर ही रहे, साडी जान तो ना ना कटे, या ही थोड़ा जो कुछ होंदा तो अपनी जान निकल जाती। सुबह तेरी बरजाई की तबीयत इवें ही होगी, बेहोश हो गई, इन्हू लग गया नहीं तो मैं मतलब डॉक्टर से पता नहीं यार की मसला बनया, यकदम हल तक उवें पई, अल्लाह खैर कर सी कोई बात नहीं, त्राओ कर ल। नहीं खा ली अम्मी भी रोटी खा ली, सारे रोटी खा ली, नहीं देस पहले खा ली है ना रोटी ता करके ना तदे कर कह रहे पहले दसी जाना, पहले इजाज भाई इत बैठ के खा ली रोटी, ते हुण सिस्टर नहीं खा रही है ते उन वैसे कर रहा मजाक, हुण पानी पा के दे रहा के कह रहा। चल ठीक हो गया। बाकी जी नूर बेटा भी चली गई ट्यूशन, जिस तरह उस कल आख्या सी ना आमना ना एक दफा ही गई हैगी ट्यूशन पढ़न, नाल उन्दे वैसे मतलब है तो उन्दे दिल कर पिया मैं ट्यूशन पढ़ना आएगा, तो कल असनैन ते अपना जी मान फातमा इन्हों भेजांगे इंशाला तीनों जने उ ट्यूशन पढ़नगे, क्योंकि काम तो ना लिख लिया है लेकिन फिर भी इजाफी जो नॉलेज ना होंदा रहेगा, तो आमना का भी दिल लग्या रहेगा, वह कहती मैं कल ही होनी हाँ उत्थे ते तुसी नाल हो तो अच्छी बात है, तदे करके ना कल इंशाला इन्हों तीनों छोड़ के भी आवेंगे तो लैके आया करांगे इंशाला। और बाकी देखते दे, देखते दे, मौसम माशाला बड़ा खूबसूरत हो गया, देखो बदल आ गए है ने और साया ही साया हो गया जबरदस्त, ये देखो कितना प्यारा मौसम बन गया माशाला, इस तरीके धुप ना निकली करे तो कितना प्यारा मौसम है जबरदस्त। और जी सिस्टर नहीं भी जान लगी हैगी, तो बच्चे आपस से ना बड़े प्यार ना ना खेल भी रहे हैं, तो मिल भी रहे हैं, क्योंकि पता नहीं महीने बाद ना मिलना, दो महीने बाद मिलना है, तो बच्चियाँ आपस से ना मिल रही है ने, हसन तो हसनैन उधर बैठे है हसन तो हसैन, तो बाजी नहीं भी उधर बैठी है, अम्मी जी चली आप, हाँ अम्मी जी ने जाना उधर घर, तो फिर शाम को जाके लैके आवेंगे बाजी के नाल ही ना उधर जावे उधरले घर, तो इंशाल्लाह शाम को जाके फिर लै लवेंगे, हुण मिल लो चंगी रितु ते तैयारी करो ठीक है ना। जी बाकी अम्मी जी तबीयत हुण काफ़ी ठीक हैगी, तो चलने चल के तो उधर घरे छोड़ के आने हैं, तो फिर इंशाल्लाह शाम को जाके तो लैके आवेंगे, क्योंकि सिस्टर ने इत चलिया जाना है, तो फिर उत्थे कल्ली ठीक नहीं हैगी, जित तकर मुकम्मल ठीक नहीं होंदी हैगी, भावें तीन महीने लगे चार महीने लगे इत्थे ही ट्रीटमेंट करवाते रहेंगे, डॉक्टर इत्थे ही आके मेडिसिन भी देगा ड्रिपा भी लावेगा, जो भी मैन्यू होया इंशाल्लाह तुहाडे नाल शेयर करते रहेंगे, और इंशाल्लाह जिहड़ा ना अम्मी नूं उत्थों ना मतलब अज ही आ के लैना, फिर लैके भी नहीं जाना तो लैके नहीं आना, इत्थे रखांगे इंशाल्लाह, तो अबू जाके उत्थे सौंदा रहेगा रात नूं, तो अबू दिन नूं इत्थे अपने कोल ही रहा करेगा, बस तुसीं दुआ करो कि अल्लाह पाक इन्हां नूं सेहतयाब करे तो लंबी जिंदगी सेहत वाली देवे। बाकी ठीक है जी, तमाम भैन भाइयों की इजाजत चाहना है, इंशाल्लाह कल की वीडियो फिर मुलाकात होगी, अल्लाह हाफिज़, अल्लाह निगेबान, अपना ढेर सारा ख्याल रखना और दुआओं में याद रखना, बहुत शुक्रिया, थैंक्स।